ਸਾਡੇ ਪੰਜਾਬੀ ਕਲਚਰ ਦੇ ਵਿੱਚ ਅਤੇ ਇੰਡੀਅਨ ਕਲਚਰ ਦੇ ਵਿੱਚ ਇਹ ਆਮ ਦੇਖਣ ਨੂੰ ਮਿਲਦਾ ਕਿ ਜਦੋਂ ਪਾਠ ਕੀਤਾ ਜਾਂਦਾ ਘਰਾਂ ਵਿੱਚ, ਜਦੋਂ ਮਾਤਾਵਾਂ ਬੀਬੀਆਂ ਪਾਠ ਕਰਦੀਆਂ ਨੇ, ਹਮੇਸ਼ਾ ਨਾਲ ਪਾਣੀ ਦਾ ਗਲਾਸ ਜਾਂ ਕੌਲੀ ਗੜਬੀ ਭਰ ਕੇ ਰੱਖੀ ਜਾਂਦੀ ਸੀ ਅਤੇ ਪਾਠ ਕਰਨ ਤੋਂ ਬਾਅਦ ਉਹ ਪਾਣੀ ਦਾ ਛਿੱਟਾ ਸਾਰੇ ਘਰ ਦੇ ਵਿੱਚ ਮਾਰਿਆ ਜਾਂਦਾ ਸੀ। ਇੱਦਾਂ ਹੀ ਆਪਣੇ ਇੱਕ ਕਹਾਣੀ ਵੀ ਹੈ, ਇੱਕ ਪਿੰਗਲੇ ਦੀ ਕਹਾਣੀ ਕਿ ਜੋ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਵਿੱਚ ਪਾਣੀ ਦੇ ਵਿੱਚ ਸਰੋਵਰ ਦੇ ਵਿੱਚ ਨਹਾਉਣ ਗਿਆ ਸੀ ਅਤੇ ਉਹਦੀ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ ਸੀ, ਉਹਦਾ ਪਿੰਗਲਾਪਨ ਦੂਰ ਹੋ ਗਿਆ ਸੀ। ਕੀ ਇੱਦਾਂ ਹੋ ਸਕਦਾ? ਇਹੋ ਜਿਹੇ ਕਿਹੋ ਜਿਹੇ ਰਾਜ਼ ਨੇ ਪਾਣੀ ਦੇ ਵਿੱਚ, ਜਾਂ ਫਿਰ ਕੋਈ ਗੁਰਬਾਣੀ ਦੀ ਇਹੋ ਜਿਹੀ ਤਾਕਤ ਹੈ, ਜਾਂ ਕੋਈ ਹਰਿਮੰਦਰ ਸਾਹਿਬ ਦੀ ਕੋਈ ਇਹੋ ਜਿਹੀ ਤਾਕਤ ਹੈ? ਅੱਜ ਫਿਰ ਉਹ ਗੱਲ ਕਰਨੀ ਹੈ ਪਾਣੀ ਦੇ ਬਾਰੇ। ਸਾਡੇ ਸਰੀਰ ਦਾ 72% ਹਿੱਸਾ ਪਾਣੀ ਹੈ। ਇਸ ਤਰ੍ਹਾਂ ਹੀ ਜਿਹੜੀ ਧਰਤੀ 'ਤੇ ਅਸੀਂ ਰਹਿੰਦੇ ਹਾਂ, ਇਹ ਧਰਤੀ ਦਾ 72% ਹਿੱਸਾ ਵੀ ਪਾਣੀ ਹੈ। ਅਤੇ ਇਸ ਚੀਜ਼ ਨੂੰ ਕੋਈ ਇਤਫਾਕ ਨਾ ਸਮਝਿਆ ਜਾਵੇ, ਗੁਰਬਾਣੀ ਕੀਰਤਨ 'ਤੇ ਗੱਲ ਕਰਨ ਤੋਂ ਪਹਿਲਾਂ ਪਾਣੀ ਬਾਰੇ ਸਮਝਦੇ ਹਾਂ। ਅੱਜ ਤੱਕ ਸਾਨੂੰ ਇੱਦਾਂ ਹੀ ਲੱਗਦਾ ਸੀ ਪਾਣੀ ਅਸੀਂ ਪਿਆਸ ਬੁਝਾਉਣ ਨੂੰ ਪੀਂਦੇ ਹਾਂ। ਹਾਂਜੀ, ਜ਼ਰੂਰੀ ਹੈ, ਪਿਆਸ ਬੁਝਾਉਂਦੇ ਹਾਂ ਅਸੀਂ, ਪਰ ਜੇ ਧਰਤੀ ਉੱਪਰ ਅੱਜ ਜੀਵਨ ਹੈ, ਉਹ ਸਿਰਫ ਅਤੇ ਸਿਰਫ ਵਜ੍ਹਾ ਉਹਦੀ ਹੋਣ ਦੀ ਪਾਣੀ ਹੈ। ਜਦੋਂ ਹੁਣ ਵਿਗਿਆਨੀ ਸਪੇਸ ਦੇ ਵਿੱਚ ਕੋਈ ਪਲੈਨਟ ਲੱਭਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਦੇਖ ਰਹੇ ਹੁੰਦੇ ਨੇ ਕਿ ਕਿਸੇ ਪਲੈਨਟ 'ਤੇ ਜ਼ਿੰਦਗੀ ਹੋ ਸਕਦੀ ਹੈ ਕਿ ਨਹੀਂ, ਉਹ ਸਭ ਤੋਂ ਪਹਿਲਾਂ ਉੱਥੇ ਦੇਖ ਰਹੇ ਨੇ ਕਿ ਪਾਣੀ ਹੈ ਜਾਂ ਨਹੀਂ, ਕਿਉਂਕਿ ਪਾਣੀ ਹੀ ਇੱਕੋ ਇੱਕ ਚੀਜ਼ ਹੈ ਜਿਹਦੀ ਵਜ੍ਹਾ ਨਾਲ ਜ਼ਿੰਦਗੀ ਹੋ ਸਕਦੀ ਹੈ। ਦੋ ਸਾਇੰਟਿਸਟ ਨੇ, ਇੱਕ ਰਸ਼ੀਆ ਦਾ ਅਤੇ ਇੱਕ ਜਪਾਨ ਦਾ, ਇਹਨਾਂ ਦੋਨਾਂ ਦੀ ਰਿਸਰਚ 'ਚ ਮੈਂ ਪਾਊਂਗਾ ਤਾਂ ਜ਼ਰੂਰ, ਤਾਂ ਕਿ ਤੁਸੀਂ ਖੁਦ ਜਾ ਕੇ ਪੜ੍ਹ ਸਕੋ। ਪਰ ਜਿਹੜੇ ਨਹੀਂ ਪੜ੍ਹਨਾ ਚਾਹੁੰਦੇ, ਨਹੀਂ ਇੰਟਰਸਟ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਦੀ ਸਾਇੰਸ ਪਾਣੀ ਨੂੰ ਲਿਕੁਇਡ ਕੰਪਿਊਟਰ ਤੱਕ ਦਾ ਨਾਮ ਵੀ ਦੇ ਰਹੀ ਹੈ, ਇੱਕ ਤਰਲ ਕੰਪਿਊਟਰ। ਸਾਇੰਸ ਕਹਿੰਦੀ ਹੈ ਕਿ ਪਾਣੀ ਮੈਮਰੀ ਹੋਲਡ ਕਰਦਾ ਹੈ। ਅਸੀਂ ਇੰਨੇ ਸਾਲਾਂ ਦੇ ਪਾਣੀ ਪੀਂਦੇ ਆ ਰਹੇ ਹਾਂ, ਪੂਰੀ ਦੁਨੀਆ ਪਾਣੀ ਯੂਜ਼ ਕਰ ਰਹੀ ਹੈ, ਪਰ ਅੱਜ ਤੱਕ ਸਾਇੰਸ ਨੂੰ ਪਾਣੀ ਬਾਰੇ ਨਹੀਂ ਪਤਾ ਲੱਗਿਆ ਕਿ ਉਹ ਬਣਿਆ ਕਿੱਦਾਂ ਦਾ, ਕਿਸ ਚੀਜ਼ ਦਾ ਬਣਿਆ, ਉਹ ਕੀ ਹੈ ਉਹਦੇ ਵਿੱਚ। ਅਸੀਂ ਪਿਆਸ ਬੁਝਾਉਣ ਲਈ ਵਰਤ ਰਹੇ ਹਾਂ, ਅਸੀਂ ਨਹਾਉਣ ਲਈ ਵਰਤ ਰਹੇ ਹਾਂ, ਅਸੀਂ ਖਾਣਾ ਖਾਣ ਲਈ ਵਰਤ ਰਹੇ ਹਾਂ, ਪਰ ਜ਼ਿੰਦਗੀ ਦਾ ਰਾਜ਼ ਪਾਣੀ ਦੇ ਵਿੱਚ ਲੁਕਿਆ ਹੋਇਆ ਹੈ ਕਿ ਜ਼ਿੰਦਗੀ ਕਿਵੇਂ ਬਣੀ ਹੈ, ਕਿਵੇਂ ਸ਼ੁਰੂ ਹੋਈ। ਜਿੱਦਾਂ ਸਾਡੇ ਬ੍ਰੇਨ ਦੇ ਵਿੱਚ ਨਰਵਸ ਸਿਸਟਮ ਚੱਲਦਾ, ਬ੍ਰੇਨ ਦੇ ਵਿੱਚ ਸਿਗਨਲਸ ਨੇ, ਇੱਦਾਂ ਪਾਣੀ ਦਾ ਵੀ ਆਪਣਾ ਸਿਸਟਮ ਹੈ। ਪਾਣੀ ਇੱਕੋ ਇੱਕ ਇਹੋ ਜਿਹੀ ਧਾਤ ਹੈ ਪੂਰੀ ਦੁਨੀਆ ਦੇ ਉੱਪਰ, ਜਿਹੜੀ ਤਰਲ ਵੀ ਹੋ ਸਕਦੀ ਹੈ, ਗੈਸ ਵੀ ਹੋ ਸਕਦੀ ਹੈ, ਅਤੇ ਠੋਸ ਵੀ। ਇਹ ਭਾਫ਼ ਬਣ ਕੇ ਵੀ ਉੱਡ ਜਾਂਦਾ, ਬਰਫ਼ ਵੀ ਜੰਮ ਜਾਂਦੀ ਹੈ ਇਹਦੀ, ਅਤੇ ਪਿੰਗਲਿਆ ਹੋਇਆ ਪਾਣੀ ਵੀ ਤੁਸੀਂ ਦੇਖਦੇ ਹੋ ਆਸ ਪਾਸ। ਦੁਨੀਆ 'ਤੇ ਕੋਈ ਹੋਰ ਇਹੋ ਜਿਹੀ ਧਾਤ ਨਹੀਂ ਜਿਹੜੀ ਪਾਣੀ ਵਾਂਗੂ 3 ਸਟੇਟਸ ਦੇ ਵਿੱਚ ਰਹਿੰਦੀ ਹੋਵੇ। ਇਹ ਰਿਸਰਚ ਸ਼ੁਰੂ ਕਿਉਂ ਕੀਤੀ ਸੀ ਸਾਇੰਟਿਸਟ ਨੇ? ਇੱਕ ਰਸ਼ੀਆ ਦੇ ਵਿੱਚ ਇਹੋ ਜਿਹੀ ਜਗ੍ਹਾ ਹੈ, ਅਤੇ ਇੱਕ ਜਪਾਨ ਦੇ ਵਿੱਚ ਇਹੋ ਜਿਹੀ ਜਗ੍ਹਾ ਹੈ ਕਿ ਜਿੱਥੇ ਦੇ ਲੋਕ ਪੂਰੇ ਪਲੈਨਟ ਨਾਲੋਂ, ਉਹਨਾਂ ਦੀ ਉਮਰ ਕਿੰਨੀ, 20-30 ਸਾਲ ਜ਼ਿਆਦਾ ਸੀ, ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗ ਰਹੀਆਂ, ਉਹਨਾਂ 'ਤੇ ਬੁਢਾਪਾ ਨਹੀਂ ਆ ਰਿਹਾ, ਅਤੇ ਦੁਨੀਆ ਦੇ ਸਭ ਤੋਂ ਖੁਸ਼ ਇਨਸਾਨ ਉਹ ਸੀਗੇ। ਉੱਥੇ ਕੋਈ ਸ਼ਹਿਰ ਨਹੀਂ ਹੈ, ਕੋਈ ਹਸਪਤਾਲ ਨਹੀਂ ਹੈ, ਕੋਈ ਪ੍ਰਬੰਧ ਨਹੀਂ ਹੈ, ਉਹ ਇੱਕ ਆਮ ਪਿੰਡਾਂ ਦੇ ਮਿੱਟੀ ਦੇ ਘਰਾਂ ਵਾਂਗ ਰਹਿੰਦੇ ਨੇ, ਉੱਥੇ ਕੋਈ ਸਹੂਲਤ ਨਹੀਂ ਹੈ। ਪਰ ਇਹਦੀ ਵਜ੍ਹਾ ਹੋਣ ਨਾਲ ਉੱਥੇ ਜੋ ਪਾਣੀ ਸੀ, ਉਹ ਪਲੈਨਟ ਦਾ ਸਭ ਤੋਂ ਪੁਰਾਣਾ ਪਾਣੀ ਮੰਨਿਆ ਜਾਂਦਾ, ਸਭ ਤੋਂ ਸਾਫ਼ ਪਾਣੀ ਮੰਨਿਆ ਜਾਂਦਾ। ਪਹਿਲਾਂ ਤਾਂ ਲੱਗਦਾ ਸੀ ਕਿ ਸ਼ਾਇਦ ਪਾਣੀ ਸਾਫ਼ ਇੰਨਾ ਪੀਂਦੇ ਨੇ ਤਾਂ ਸਿਰਫ ਉਹੀ ਵਜ੍ਹਾ ਹੈ, ਪਰ ਜਿੱਦਾਂ ਜਿੱਦਾਂ ਅਸੀਂ ਅੱਜ ਦੀ ਵਿਗਿਆਨ ਐਨਰਜੀ ਸਿਸਟਮ 'ਤੇ ਰਿਸਰਚ ਕਰ ਰਹੀ ਹੈ, ਜਿੱਦਾਂ ਹੀ ਇਹ ਸਾਡੇ ਹਿਊਮਨ ਦਾ ਔਰਾ ਹੈ, ਹਰ ਇੱਕ ਚੀਜ਼ ਦਾ ਆਪਣਾ ਆਪਣਾ ਔਰਾ ਹੈ, ਦਰੱਖਤ ਦਾ ਇੱਕ ਆਪਣਾ ਔਰਾ ਹੈ, ਇੱਕ ਚਿੜੀ ਦਾ, ਇੱਕ ਜਾਨਵਰ ਦਾ ਆਪਣਾ ਔਰਾ ਹੈ, ਇੱਦਾਂ ਹੀ ਪਾਣੀ ਦਾ ਵੀ ਆਪਣਾ ਔਰਾ ਅਤੇ ਇੱਕ ਐਨਰਜੀ ਸਿਸਟਮ ਆ। ਪੂਰੀ ਦੀ ਪੂਰੀ ਦੁਨੀਆ ਅਤੇ ਪੂਰੀ ਦੀ ਪੂਰੀ ਸ੍ਰਿਸ਼ਟੀ 'ਚ ਹਰ ਇੱਕ ਚੀਜ਼ ਦਾ ਆਪਦਾ ਐਨਰਜੀ ਔਰਾ ਹੈ, ਕਿਉਂਕਿ ਅੰਦਰ ਸਾਡੇ ਐਨਰਜੀ ਹੀ ਆ, ਐਨਰਜੀ ਹੀ ਪ੍ਰੋਜੈਕਟ ਹੋ ਗਈ ਜੋ ਸਰੀਰ ਨੂੰ ਸ਼ੇਪ ਦਿੰਦੀ ਆ। ਸਾਰਾ ਕੁਛ ਦੁਨੀਆ ਦਾ ਐਨਰਜੀ ਤੋਂ ਬਣਿਆ ਹੋਇਆ। ਉਹਨਾਂ ਨੇ ਉਹ ਪਿੰਡਾਂ 'ਚ ਰਹਿੰਦੇ ਹਰ ਇੱਕ ਆਦਮੀ ਦੀ ਐਨਰਜੀ ਸਿਸਟਮ ਨੂੰ ਚੈੱਕ ਕੀਤਾ। ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਐਨਰਜੀ ਸਿਸਟਮ ਸੀ, ਜੋ ਔਰਾ ਸੀ, ਉਹ ਆਮ ਇਨਸਾਨ ਨਾਲੋਂ ਬਹੁਤ ਪਰਫੈਕਟ ਸ਼ੇਪ ਸੀਗਾ। ਜੋ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਪਾਣੀ ਪੀ ਰਹੇ ਨੇ, ਉਹਨਾਂ ਦਾ ਔਰਾ ਟੁੱਟਿਆ ਭੱਜਿਆ ਹੈ। ਆਹ ਹੁਣ ਇੱਕ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ, ਇਹ ਫੋਟੋ ਕੋਈ ਕੰਪਿਊਟਰ ਨਾਲ ਹੀ ਬਣਵਾਈ ਗਈ ਹੈ, ਇਹ ਐਕਚੁਅਲ 'ਚ ਇਮੇਜਸ ਨੇ ਉਹ ਹਿਊਮਨ ਔਰਾ ਦੀਆਂ। ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਖੱਬੀ ਸਾਈਡ, ਉਹ ਪਾਣੀ ਪੀਂਦੇ ਸੀ ਜਿਹੜੇ ਆਮ ਸ਼ਹਿਰਾਂ 'ਚ ਰਹਿੰਦੇ ਨੇ, ਅਤੇ ਦੂਜੀ ਸਾਈਡ ਜਿਹੜੇ ਉਹ ਪਿੰਡ 'ਚ ਰਹਿਣ ਵਾਲੇ ਉਹ ਸਾਫ਼ ਪਾਣੀ ਪੀਂਦੇ ਸੀ। ਤੁਸੀਂ ਦੋਨੋਂ ਫੋਟੋਜ਼ ਦੇ ਵਿੱਚ ਔਰੇ ਦਾ ਫਰਕ ਦੇਖ ਸਕਦੇ ਹੋ, ਖੱਬੇ ਵਾਲੀ ਅਤੇ ਸੱਜੇ ਵਾਲੀ ਦੇ ਵਿੱਚ। ਜਿੱਦਾਂ ਜਿੱਦਾਂ ਰਿਸਰਚ ਵੱਧਦੀ ਗਈ, ਉੱਦਾਂ ਉੱਦਾਂ ਪਤਾ ਲੱਗ ਰਿਹਾ ਕਿ ਪਾਣੀ ਹੈ ਜੋ ਉਹ ਆਪਣੀ ਮੈਮਰੀ ਹੋਲਡ ਕਰਦਾ। ਜਿਵੇਂ ਤੁਹਾਨੂੰ ਚੀਜ਼ਾਂ ਯਾਦ ਨੇ ਨਾ ਕਿ 5 ਸਾਲ ਪਹਿਲਾਂ ਕੀ ਹੋਇਆ ਸੀ, 10 ਸਾਲ ਪਹਿਲਾਂ ਕੀ ਹੋਇਆ ਸੀ, ਪਾਣੀ ਨੂੰ ਉਹ ਚੀਜ਼ਾਂ ਵੀ ਯਾਦ ਨੇ ਕਿ ਉਹ ਕਿੱਥੋਂ ਨਿਕਲ ਕੇ ਆਇਆ ਅਤੇ ਆਸ ਪਾਸ ਦੇ ਚੀਜ਼ਾਂ ਕਿਹੋ ਜਿਹੀਆਂ ਸੀਗੀਆਂ। ਇੱਦਾਂ ਨਹੀਂ ਕਿ ਉਹ ਗੱਲਾਂ ਯਾਦ ਰੱਖ ਰਿਹਾ, ਤੁਹਾਡੇ ਫੀਲਿੰਗਸ ਨੂੰ ਅਤੇ ਆਸ ਪਾਸ ਦੇ ਇਨਵਾਇਰਮੈਂਟ ਦੇ ਔਰੇ ਨੂੰ ਆਪਣੇ ਅੰਦਰ ਸੋਖ ਰਿਹਾ।
ਜਿਹੋ ਦਰੱਖਤਾਂ ਵਿੱਚੋਂ ਨਿਕਲ ਕੇ ਆਉਂਦਾ ਜਾਂ ਝਰਨਿਆਂ ਵਿੱਚੋਂ ਨਿਕਲ ਕੇ ਆ ਰਿਹਾ ਉਹ ਪਾਣੀ ਸਾਫ਼ ਸੀ ਕਿਉਂਕਿ ਉਹ ਕੁਦਰਤ ਦਾ ਔਰਾ ਕੁਦਰਤੀ ਐਨਰਜੀ ਸੋਖ ਰਿਹਾ ਅਤੇ ਉਹ ਸਰੀਰ ਦੇ ਵਿੱਚ ਜਾਂਦੇ ਹੀ ਬੰਦੇ ਦਾ ਔਰਾ ਨੂੰ ਫਿਕਸ ਕਰਦਾ ਠੀਕ ਕਰਦਾ। ਪਰ ਜਿਹੜੇ ਸ਼ਹਿਰਾਂ ਵਿੱਚ ਲਾਈਨ ਤਾਂ ਰਹਿੰਦੇ ਨੇ ਲੋਕ ਕਿਉਂਕਿ ਉਹ ਪਾਣੀ ਪਾਈਪਾਂ ਦੇ ਵਿੱਚ ਹੀ ਧੱਕੇ ਨਾਲ ਫੋਰਸ ਕੀਤਾ ਜਾਂਦਾ ਅਤੇ ਜਿੰਨੇ ਵੀ ਲੋਕ ਰਾਹ 'ਚ ਆ ਰਹੇ ਨੇ ਜਿੰਨੇ ਵੀ ਸ਼ਹਿਰਾਂ ਦੇ ਘਰਾਂ 'ਚੋਂ ਪਾਈਪਾਂ ਨਿਕਲ ਰਹੀਆਂ ਨੇ ਉਹ ਹਰ ਇੱਕ ਬੰਦੇ ਦੀਆਂ ਭਾਵਨਾਵਾਂ ਸੋਖ ਰਿਹਾ ਸੀ। ਹਰ ਇੱਕ ਜਿਹੜਾ ਆਸ ਪਾਸ ਨੈਗੇਟਿਵਿਟੀ ਫੈਲੀ ਹੋਈ ਹੈ ਸ਼ੋਰ ਸ਼ਰਾਬਾ ਭੀੜ ਭੜਾਕਾ ਉਹ ਸਾਰੀਆਂ ਹੀ ਭਾਵਨਾ ਆਪਣੇ ਅੰਦਰ ਸੋਖ ਰਿਹਾ ਸੀ ਅਤੇ ਜਦ ਤੱਕ ਬੰਦੇ ਕੋਲ ਪਹੁੰਚਦਾ ਉਹ ਬੰਦਾ ਪਾਣੀ ਪੀਂਦਾ ਸੀ ਪਾਣੀ ਦਾ ਆਪਣਾ ਐਨਰਜੀ ਸਿਸਟਮ ਡੈਮੇਜ ਹੋ ਚੁੱਕਾ ਹੁੰਦਾ ਸੀ ਅਤੇ ਉਹ ਪਾਣੀ ਪੀਣ ਤੋਂ ਬਾਅਦ ਜਿਹੜਾ ਪਾਣੀ ਉਹ ਪੀ ਰਿਹਾ ਉਹਦਾ ਖੁਦ ਦਾ ਵੀ ਐਨਰਜੀ ਸਿਸਟਮ ਡੈਮੇਜ ਹੋ ਰਿਹਾ। ਜੇ ਤੁਸੀਂ ਘਰ ਦੇ ਵਿੱਚ ਤੁਹਾਡੇ ਕੋਈ ਇਹੋ ਜਿਹਾ ਇਨਸਾਨ ਆ ਜਿਹੜਾ 24 ਘੰਟੇ ਗੁੱਸੇ 'ਚ ਰਹਿੰਦਾ ਭੜਕਿਆ ਰਹਿੰਦਾ ਮੂਡ ਸਹੀ 'ਚ ਨਹੀਂ ਰਹਿੰਦਾ ਉਹਦੇ ਆਸ ਪਾਸ ਜਿਹੜਾ ਵੀ ਪਾਣੀ ਹੋਊਗਾ ਸਾਰਾ ਉਹਦੀਆਂ ਭਾਵਨਾਵਾਂ ਸੁੱਕੂਗਾ ਅਤੇ ਜਿਹੜਾ ਵੀ ਉਹ ਪਾਣੀ ਪੀਊਗਾ ਉਹਦੇ ਖੁਦ ਦਾ ਔਰਾ ਡੈਮੇਜ ਹੋਊਗਾ। ਪਾਣੀ ਨੂੰ ਉਹ ਇੱਕ ਜਿਉਂਦਾ ਜਾਗਦਾ ਜੀਵ ਮੰਨ ਰਹੇ ਨੇ ਅਤੇ ਜਦੋਂ ਉਹ ਝਰਨਿਆਂ ਦੇ ਵਿੱਚ ਹੀ ਵਹਿੰਦਾ ਹੈ ਪੱਥਰਾਂ ਦੇ ਵਿੱਚ ਹੀ ਵਹਿੰਦਾ ਉਹਨਾਂ ਨਦੀਆਂ ਦੇ ਵਿੱਚ ਹੀ ਉਹ ਆਪਣੀ ਨੈਚੁਰਲ ਸਟੇਟ ਦੇ ਵਿੱਚ ਆ ਜਾਂਦਾ ਕਿ ਉਹ ਪੀਣ ਲਾਇਕ ਹੋ ਜਾਂਦਾ। ਪਰ ਜਦੋਂ ਹੀ ਉਹਨੂੰ ਪ੍ਰੈਸ਼ਰ ਨਾਲ ਪਾਈਪਾਂ 'ਚੋਂ ਕੱਢਿਆ ਜਾਂਦਾ ਆਸ ਪਾਸ ਲੋਕ ਉਹ ਜਿੰਨੇ ਨੈਗੇਟਿਵਿਟੀ ਵਾਲੇ ਭੀੜ ਭੜੱਕੇ 'ਚੋਂ ਸ਼ੋਰ ਸ਼ਰਾਬਾ ਸ਼ਹਿਰ ਦਾ ਜਾਂ ਫਿਰ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਘਰਾਂ ਦੇ ਵਿੱਚ ਵੀ ਆਪਾਂ ਗਾਲਾਂ ਕੱਢਦੇ ਰਹਿੰਦੇ ਹਾਂ ਪਾਣੀ ਸਭ ਕੁਛ ਸੋਖ ਰਿਹਾ ਅਤੇ ਉਹ ਸਾਰੇ ਤੋਂ ਬਾਅਦ ਅਸੀਂ ਪਾਣੀ ਉਹ ਪੀ ਰਹੇ ਹਾਂ ਅਤੇ ਕਹਿ ਲਓ ਕਿ ਆਪਣੇ ਕੀਤੇ ਦਾ ਹੀ ਫਲ ਮਿਲ ਰਿਹਾ। ਜਿਹੜਾ ਬੰਦਾ ਬਹੁਤ ਗੁੱਸੇ ਵਾਲਾ ਬਹੁਤ ਨਫ਼ਰਤ ਵਾਲਾ ਉਹ ਜਿਹੜੇ ਵੀ ਪਾਣੀ ਨੂੰ ਹੱਥ ਲਾਊਗਾ ਉਹ ਪਾਣੀ ਨੂੰ ਕੋਲ ਬੈਠੂਗਾ ਉਹ ਪਾਣੀ ਦਾ ਐਨਰਜੀ ਸਿਸਟਮ ਉਹਨੂੰ ਸਾਰਾ ਸੋਖ ਲੈਂਦਾ ਅਤੇ ਉਹਨੂੰ ਇਹ ਪੀਊਗਾ ਉਹਦਾ ਹੀ ਉਹ ਨੁਕਸਾਨ ਕਰਦਾ ਸਰੀਰ ਦਾ। ਗੱਲ ਸੁਣਨੀ ਤਾਂ ਬਹੁਤ ਹੈਰਾਨੀ ਵਾਲੀ ਲੱਗਦੀ ਹੈ ਪਰ ਅੱਜ ਅਸੀਂ ਉਹ ਦੁਨੀਆਂ 'ਚ ਰਹਿੰਦੇ ਹਾਂ ਜਿੱਥੇ ਸਾਰੀਆਂ ਤੁਹਾਡੀਆਂ ਪੜ੍ਹੀਆਂ ਪੜ੍ਹਾਈਆਂ ਗੱਲਾਂ ਕਿਤਾਬਾਂ ਦੀਆਂ ਸਾਰੀਆਂ ਫੇਲ ਹੋਣਗੀਆਂ। ਅੱਜ ਦੀ ਸਾਇੰਸ ਪਹਿਲੀ ਵਾਰ ਕੁਆਂਟਮ ਫਿਜ਼ਿਕਸ ਐਨਰਜੀ ਸਿਸਟਮ ਵੱਲ ਰਿਸਰਚ ਕਰਨੀ ਸ਼ੁਰੂ ਕਰ ਰਹੀ ਹੈ ਅਤੇ ਸਾਰਾ ਇਨਸਾਨ ਦਾ ਸਿੱਖਿਆ ਸਿਖਾਇਆ ਝੂਠਾ ਪੈ ਰਿਹਾ। ਹੁਣ ਫਿਰ ਆਪਾਂ ਆਪਣੇ ਕਲਚਰ ਦੀ ਗੱਲ ਕਰਦੇ ਹਾਂ। ਆਪਣੇ ਕਲਚਰ 'ਚ ਤਾਂ ਇਹ ਹਜ਼ਾਰਾਂ ਸਾਲਾਂ ਦਾ ਚੱਲਦਾ ਆ ਰਿਹਾ ਕਿ ਜਦੋਂ ਗੁਰਬਾਣੀ ਪੜ੍ਹਦੇ ਹੋ ਜਾਂ ਗੁਰਬਾਣੀ ਕੀਰਤਨ ਹੁੰਦਾ ਜਾਂ ਕਿਸੇ ਹੋਰ ਹਿੰਦੂ ਕਲਚਰ ਦੇ ਵਿੱਚ ਵੀ ਜਦੋਂ ਪੂਜਾ ਕਰਦੇ ਨੇ ਕੋਲ ਪਾਣੀ ਰੱਖਿਆ ਜਾਂਦਾ। ਉਹ ਕਿਉਂ? ਕਿਉਂਕਿ ਕਹਿੰਦੇ ਨੇ ਜਿੱਦਾਂ ਕਿ ਪਾਣੀ ਸਭ ਕੁਛ ਸੋਖ ਰਿਹਾ। ਜਦੋਂ ਤੁਸੀਂ ਗੁਰਬਾਣੀ ਕੀਰਤਨ ਸੁਣ ਰਹੇ ਹੋ ਜਾਂ ਗੁਰਬਾਣੀ ਕਰ ਰਹੇ ਹੋ ਤੁਹਾਡੇ ਦਿਲ ਦੀਆਂ ਭਾਵਨਾਵਾਂ ਕਿਹੋ ਜਿਹੀਆਂ ਹੁੰਦੀਆਂ ਨੇ? ਤੁਹਾਡੇ ਦਿਲ ਦੀਆਂ ਭਾਵਨਾਵਾਂ ਸ਼ਰਧਾ ਵਾਲੀਆਂ ਹੁੰਦੀਆਂ ਨੇ ਉਸ ਵੇਲੇ। ਫਿਰ ਉਹ ਸ਼ਰਧਾ ਵਾਲੀਆਂ ਭਾਵਨਾਵਾਂ ਪਾਣੀ ਸੋਖ ਲੈਂਦਾ। ਜਿਹੜੇ ਪਾਣੀ ਨਾਲ ਰੋਟੀ ਬਣਾਈ ਜਾ ਰਹੀ ਹੈ ਜਿਹੜੇ ਲੰਗਰ ਬਣਾ ਰਹੇ ਨੇ ਉਹਨਾਂ ਦਿਲਾਂ 'ਚ ਸ਼ਰਧਾ ਹੈ ਅਤੇ ਉਹ ਸ਼ਰਧਾ ਪਾਣੀ ਸੋਖ ਰਿਹਾ। ਉਹਦੀ ਵੀ ਇੱਕ ਵਜ੍ਹਾ ਹੈ ਕਿ ਲੰਗਰ ਬਹੁਤ ਸਵਾਦ ਹੈ ਕਿਉਂਕਿ ਉਹ ਸ਼ਰਧਾ ਨਾਲ ਬਣਿਆ ਹੋਇਆ। ਹਰਿਮੰਦਰ ਸਾਹਿਬ ਦੇ ਵਿੱਚ ਵੀ ਜਦੋਂ ਜਿੱਥੇ ਉਹ ਆਸ ਪਾਸ ਪਾਣੀ ਦਾ ਸਰੋਵਰ ਹੈ ਉੱਥੇ ਸਾਰਾ ਦਿਨ ਉੱਥੇ ਗੁਰਬਾਣੀ ਕੀਰਤਨ ਚੱਲਦਾ ਹੈ। ਸਾਇੰਸ ਕਹਿੰਦੀ ਹੈ ਜਿਹੜੇ ਪਾਣੀ ਦਾ ਐਨਰਜੀ ਸਿਸਟਮ ਡੈਮੇਜ ਹੋ ਚੁੱਕਾ ਸੀ ਜਦੋਂ ਉਹਨੂੰ ਕਿਸੇ ਵਧੀਆ ਸੋਹਣੇ ਮਿਊਜ਼ਿਕ ਕੋਲ ਰੱਖਿਆ ਗਿਆ ਚੰਗੀ ਭਾਵਨਾ ਵਾਲੇ ਬੰਦਿਆਂ ਕੋਲ ਬਿਠਾਇਆ ਹੋਇਆ ਗਿਆ ਉਹ ਭਾਵਨਾਵਾਂ ਨੂੰ ਸੋਖ ਕੇ ਉਹ ਵਧੀਆ ਮਿਊਜ਼ਿਕ ਨੂੰ ਸੋਖ ਕੇ ਪਾਣੀ ਆਪਣੀ ਨੈਚੁਰਲ ਸਟੇਟ 'ਚ ਫੇਰ ਆ ਰਿਹਾ ਸੀ ਉਹ ਆਪਣੀ ਕੁਦਰਤੀ ਸਟੇਟ ਦੇ ਵਿੱਚ ਵਾਪਸ ਆ ਰਿਹਾ ਸੀ। ਜਦੋਂ ਹੀ ਕੋਈ ਚੱਕਮਾ ਭੜਕੀਲਾ ਗਾਣਾ ਲਾਇਆ ਗਿਆ ਉਹਦਾ ਐਨਰਜੀ ਸਿਸਟਮ ਟੁੱਟ ਰਿਹਾ ਅਤੇ ਜਦੋਂ ਹੀ ਕੋਈ ਚੰਗਾ ਗਾਣਾ ਸ਼ਰਧਾ ਵਾਲਾ ਗਾਣਾ ਲਗਾਇਆ ਜਾਂਦਾ ਸੀ ਉਹ ਐਨਰਜੀ ਸਿਸਟਮ ਉਹਦਾ ਵਾਪਸ ਨੈਚੁਰਲ ਹੋ ਰਿਹਾ ਸੀ। ਸਮਝ ਲਓ ਡੀ ਜੇ ਲੱਗਿਆ ਹੋਇਆ ਘਰ ਦੇ ਵਿੱਚ ਕੋਈ ਚੱਕਮਾ ਭੜਕੀਲਾ ਗਾਣਾ ਲਾਇਆ ਜਾਵੇ ਅੰਦਰੋਂ ਉਹੋ ਜਿਹੀ ਫੀਲਿੰਗ ਆਉਂਦੀ ਕਿ ਨਹੀਂ ਚੱਕਮੀ ਜੀ ਭੜਕੀਲਾ ਅੰਦਰੋਂ ਹੁੰਦਾ ਨਾ ਬੰਦਾ ਕਿਉਂਕਿ ਤੁਹਾਡੇ ਅੰਦਰ ਵੀ ਪਾਣੀ ਹੈ। ਉਹੀ ਜੇ ਗੁਰਬਾਣੀ ਕੀਰਤਨ ਸੁਣੇ ਬੰਦਾ ਉਹਨੂੰ ਸ਼ਾਂਤਗੀ ਮਿਲਦੀ ਹੈ ਉਹਨੂੰ ਠੰਡਕ ਪੈਂਦੀ ਹੈ ਕਿਉਂਕਿ ਉਹੀ ਗੁਰਬਾਣੀ ਕੀਰਤਨ ਤੁਹਾਡੇ ਅੰਦਰ ਦੇ ਪਾਣੀ 'ਤੇ ਅਸਰ ਕਰ ਰਿਹਾ। ਤੁਸੀਂ 70% ਪਾਣੀ ਦੇ ਬਣੇ ਹੋ। ਹੁਣ ਜਿੰਨੇ ਵੀ ਲੋਕ ਕੈਨੇਡਾ 'ਚ ਰਹਿੰਦੇ ਨੇ ਅਮੈਰੀਕਾ 'ਚ ਰਹਿੰਦੇ ਨੇ ਜਾਂ ਪਿੰਡਾਂ 'ਚ ਰਹਿੰਦੇ ਨੇ ਪਾਣੀ ਤੁਸੀਂ ਜਿੰਨਾ ਮਰਜ਼ੀ ਫਿਲਟਰ ਕਰਕੇ ਪੀ ਜਾਇਓ ਪਾਣੀ ਫਿਲਟਰ ਕਰਨਾ ਸਾਫ਼ ਜ਼ਰੂਰ ਹੋ ਰਿਹਾ ਪਰ ਪਾਣੀ ਦਾ ਜਿਹੜਾ ਐਨਰਜੀ ਸਿਸਟਮ ਆ ਉਹ ਟੁੱਟਿਆ ਹੋਇਆ। ਇਹ ਕਹਿ ਲਓ ਕਿ ਜੋ ਪਾਣੀ ਅੰਦਰੋਂ ਜਿਉਂਦਾ ਜਾਗਦਾ ਪਾਣੀ ਆ ਉਹ ਇੱਕ ਤਰੀਕੇ ਦਾ ਮਰ ਚੁੱਕਾ ਅਤੇ ਉਹਨੂੰ ਦੁਬਾਰਾ ਸਹੀ ਕਰਨ ਲਈ ਗੁਰਬਾਣੀ ਕੀਰਤਨ ਦਾ ਅਤੇ ਉਹ ਮੈਡੀਟੇਸ਼ਨ ਦਾ ਅਤੇ ਭਗਤੀ ਦਾ ਵਰਤੋਂ ਕੀਤੀ ਜਾਂਦੀ ਸੀ। ਇਹ ਚੀਜ਼ ਆਪਣੇ ਕਲਚਰ 'ਚ ਕਿੰਨੀ ਪੁਰਾਣੀ ਹੈ ਜੋ ਸਾਇੰਸ ਅੱਜ ਕਹਿ ਰਹੀ ਹੈ ਕਿ ਜੇ ਤੁਸੀਂ ਪਾਣੀ ਪੀਣਾ ਪਾਣੀ ਪੀਣ ਤੋਂ ਪਹਿਲਾਂ ਕੋਈ ਉਹਦੇ ਮੂਹਰੇ ਚੰਗਾ ਗਾਣਾ ਗਾਓ ਉਹਦੀਆਂ ਆਪਣੀ ਦਿਲ ਦੀਆਂ ਭਾਵਨਾਵਾਂ ਸਾਫ਼ ਰੱਖੋ ਰੋਟੀ ਬਣਾਉਂਦੇ ਹੋ ਆਟਾ ਗੁੰਨਦੇ ਹੋ ਦਿਲ ਦੀਆਂ ਭਾਵਨਾਵਾਂ ਸਾਫ਼ ਰੱਖੋ ਕਿਉਂਕਿ ਉਹ ਪਾਣੀ ਨੇ ਸੋਖਣੀਆਂ ਨੇ। ਤੁਸੀਂ ਰੋਟੀ ਖਾਣੀ ਆ ਆਪਣੇ ਬੱਚਿਆਂ ਨੂੰ ਦੇਣੀ ਆ ਆਪਣੀ ਫੈਮਿਲੀ ਨੂੰ ਦੇਣੀ ਆ ਤਾਂ ਹੀ ਆਪਣੇ ਕਲਚਰ ਦੇ ਵਿੱਚ ਜਦੋਂ ਹੀ ਗੁਰਬਾਣੀ ਕੀਰਤਨ ਕੀਤਾ ਜਾਂਦਾ ਸੀ ਕੋਲ ਪਾਣੀ ਰੱਖਿਆ ਜਾਂਦਾ ਸੀ ਤਾਂ ਘਰ 'ਚ ਛਿੱਟਾ ਮਾਰਿਆ ਜਾਂਦਾ ਸੀ। ਹੁਣ ਉੱਥੇ ਛਿੱਟਾ ਮਾਰਨ ਨਾਲ ਤਾਂ ਕੁਛ ਨਹੀਂ ਹੋਣਾ ਜੀ ਪਰ ਉਹਨੂੰ ਜੇ ਪੀਆ ਜਾਵੇ ਆਪਣੇ ਬੱਚਿਆਂ ਨੂੰ ਪਿਲਾਇਆ ਜਾਵੇ ਆਪਣੀ ਫੈਮਿਲੀ ਨੂੰ ਪਿਲਾਇਆ ਜਾਵੇ ਉਹਨਾਂ ਦਾ ਐਨਰਜੀ ਸਿਸਟਮ ਰਿਪੇਅਰ ਹੋਏਗਾ। ਇਹਦੇ ਉੱਪਰ ਮੈਂ ਬੋਲ ਤਾਂ 1 ਘੰਟਾ ਹੋਰ ਜਾਵਾਂ ਕਿੰਨੀਆਂ ਗੱਲਾਂ ਮੈਂ ਤੁਹਾਨੂੰ ਹੋਰ ਵੀ ਦੱਸ ਸਕਦਾ ਪਰ ਇਹਦਾ ਮੇਨ ਜਿਹੜੀ ਗੱਲ ਹੈ ਕਿ ਤੁਸੀਂ ਉਹ ਤੋਂ ਫਾਇਦਾ ਕਿਵੇਂ ਲੈਣਾ ਆਪਣਾ ਨੁਕਸਾਨ ਕਿਵੇਂ ਨਹੀਂ ਕਰਾਉਣਾ ਪਾਣੀ ਤੋਂ ਜਿਹੜਾ ਪਾਣੀ ਸਾਡੇ ਘਰਾਂ 'ਚ ਆਉਂਦਾ। ਪਹਿਲੀ ਗੱਲ ਤਾਂ ਕਹਿੰਦੇ ਪਾਣੀ ਨੂੰ ਕੁਝ ਘੰਟੇ ਲਈ ਪਹਿਲਾਂ ਰੱਖਿਆ ਜਾਵੇ ਉਹਨੂੰ ਨਾਲ ਦੀ ਨਾਲ ਟੂਟੀ ਤੋਂ ਕੱਢ ਕੇ ਨਾ ਪੀਤਾ ਜਾਵੇ
ਜਦੋਂ ਪਾਣੀ ਪਿਆ ਰਹਿੰਦਾ ਹੌਲੀ ਹੌਲੀ ਆਪਣੀ ਨੈਚੁਰਲ ਸਟੇਟ ਦੇ ਵਿੱਚ ਆਉਣ ਲੱਗ ਜਾਂਦਾ। ਅਤੇ ਜ਼ਰੂਰੀ ਹੈ ਕਿ ਇਹਨਾਂ ਨੂੰ ਪਿੱਤਲ ਦੇ ਭਾਂਡੇ 'ਚ ਰੱਖੋ। ਪਿੱਤਲ ਦੇ ਭਾਂਡੇ ਨਾਲ ਵੀ ਕੀ ਹੁੰਦਾ, ਉਹ ਪਾਣੀ ਆਪਣੀ ਸਟੇਟ 'ਚ ਵਾਪਸ ਆ ਜਾਂਦਾ। ਪਿੰਡਾਂ 'ਚ ਹੁੰਦਾ ਸੀ ਨਾ ਕਿ ਮਿੱਟੀ ਦੇ ਘੜੇ 'ਚ ਪਾਣੀ ਪਾ ਕੇ ਰੱਖਦੇ ਹੁੰਦੇ ਸੀ, ਫਿਰ ਕਹਿੰਦੇ ਸੀ ਮਿੱਟੀ ਦੇ ਘੜੇ ਦਾ ਪਾਣੀ ਬਹੁਤ ਮਿੱਠਾ। ਉਹਦੀ ਵੀ ਇਹੀ ਵਜ੍ਹਾ ਸੀ, ਇੱਕ ਤਾਂ ਪਾਣੀ ਇੱਥੇ ਖੜ੍ਹਾ ਰਹਿੰਦਾ ਅਤੇ ਉੱਪਰ ਉਹ ਮਿੱਟੀ ਦਾ ਘੜਾ ਉਹਦੇ ਵਿੱਚ ਉਹ ਆਪਣਾ ਪਾਣੀ ਕੁਦਰਤੀ ਸਟੇਟ ਦੇ ਵਿੱਚ ਆ ਜਾਂਦਾ ਸੀ। ਇਹ ਸ਼ਾਇਦ ਹਰ ਬੰਦੇ ਲਈ ਪੋਸੀਬਲ ਨਾ ਹੋਵੇ ਕਿ ਹਰ ਵੇਲੇ ਆਪਾਂ ਪਾਣੀ ਘੰਟਾ ਘੰਟਾ ਰੱਖ ਕੇ ਪੀ ਸਕੀਏ, ਪਰ ਘੱਟ ਤੋਂ ਘੱਟ ਹਰ ਬੰਦੇ ਨੂੰ ਜ਼ਰੂਰੀ ਕਰਨਾ ਚਾਹੀਦਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪਿੱਤਲ ਦੇ ਭਾਂਡੇ 'ਚ ਪਾਣੀ ਪਾ ਕੇ ਰੱਖ ਦਿੱਤਾ ਜਾਵੇ ਅਤੇ ਸਵੇਰੇ ਉੱਠ ਕੇ ਪਹਿਲਾਂ ਪਾਣੀ ਉਹਦੇ ਵਿੱਚੋਂ ਹੀ ਪੀਤਾ ਜਾਵੇ। ਤੁਸੀਂ ਟੈਸਟ ਕਰ ਲਿਓ ਖੁਦ, ਪਿੱਤਲ ਦੇ ਭਾਂਡੇ 'ਚ ਪਾਣੀ ਪਾ ਕੇ ਰੱਖ ਲਿਓ, ਸਾਰੀ ਰਾਤ ਪਿਆ ਰਹਿਣ ਦਿਓ, ਸਵੇਰੇ ਉੱਠ ਕੇ ਇੱਕ ਟੂਟੀ ਭਰ ਟੂਟੀ 'ਚੋਂ ਪਾਣੀ ਭਰਿਓ ਗਲਾਸ, ਉਹ ਪੀ ਕੇ ਦੇਖਿਓ ਅਤੇ ਪਿੱਤਲ ਦੇ ਭਾਂਡੇ ਦਾ ਪਾਣੀ ਪੀ ਕੇ ਦੇਖਿਓ, ਕਿੰਨਾ ਫਰਕ ਲੱਗੇਗਾ ਤੁਹਾਨੂੰ। ਉਹ 'ਚ ਥੋੜ੍ਹੀ ਜਿਹੀ ਮਿਠਾਸ ਵੀ ਹੋਏਗੀ ਅਤੇ ਹਲਕਾ ਵੀ ਹੋਏਗਾ। ਅਤੇ ਦੂਜੀ ਗੱਲ, ਜਿਹੜਾ ਵੀ ਘਰ ਦੇ ਵਿੱਚ ਬੰਦਾ ਰੋਟੀ ਬਣਾਉਂਦਾ, ਆਟਾ ਗੁੰਨਦਾ, ਸਬਜ਼ੀ ਬਣਾਉਂਦਾ, ਹਰ ਇੱਕ ਫੂਡ ਦੇ ਵਿੱਚ ਜਿਹੜੀ ਚੀਜ਼ ਆਪਾਂ ਆਈਟਮ ਬਣਾਉਂਦੇ ਹਾਂ ਉਹ 'ਚ ਪਾਣੀ ਪੈਂਦਾ ਹੀ ਪੈਂਦਾ। ਬਹੁਤ ਜ਼ਰੂਰੀ ਹੈ ਕਿ ਜਿਹੜਾ ਬੰਦਾ ਰੋਟੀ ਬਣਾ ਰਿਹਾ ਹਾਂ ਉਹਦੇ ਅੰਦਰ ਦਿਲ ਸਾਫ਼ ਹੋਵੇ, ਉਹਦੀਆਂ ਭਾਵਨਾਵਾਂ ਸਾਫ਼ ਹੋਣ। ਜੇ ਗੁੱਸਾ ਲੈ ਕੇ ਮਨ ਦੇ ਵਿੱਚ ਨਫ਼ਰਤ ਲੈ ਕੇ ਰੋਟੀ ਬਣਾ ਰਹੇ ਹੋ ਨਾ, ਤੁਸੀਂ ਆਪਣਾ ਅਤੇ ਆਪਣੇ ਘਰ ਦੇ ਫੈਮਿਲੀ ਮੈਂਬਰਾਂ ਦਾ ਨੁਕਸਾਨ ਹੀ ਕਰ ਰਹੇ ਹੋ। ਇੱਕ ਤਰੀਕੇ ਨਾਲ ਅੰਦਰ ਨਫ਼ਰਤ ਹੈ ਅਤੇ ਕੀਤੇ ਦੀ ਸਜ਼ਾ ਤੁਹਾਨੂੰ ਪਾਣੀ ਨਾਲ ਦੀ ਨਾਲ ਦੇ ਰਿਹਾ। ਆਪਣੇ ਅੰਦਰ ਦੀ ਨਫ਼ਰਤ ਦੀ, ਆਪਣੇ ਅੰਦਰ ਦੀ ਗੁੱਸੇ ਦੀ ਸਜ਼ਾ ਤੁਹਾਨੂੰ ਪਾਣੀ ਨਾਲ ਦੀ ਨਾਲ ਦੇ ਰਿਹਾ। ਹੁਣ ਤਾਂ ਹੀ ਆਪਾਂ ਪਿੰਡਾਂ 'ਚ ਤਾਂ ਕਿੰਨੀਆਂ ਗਾਲਾਂ ਕੱਢਦੇ ਹਾਂ, ਘਰੇ ਕਿੰਨਾ ਮਾੜਾ ਬੋਲਦੇ ਹਾਂ ਇੱਕ ਦੂਜੇ ਨੂੰ, ਆਸ ਪਾਸ ਤੁਹਾਡੇ ਪਾਣੀ ਵੀ ਹੈ ਅਤੇ ਉਹ ਪਾਣੀ ਤੁਹਾਡਾ ਹੀ ਨੁਕਸਾਨ ਕਰ ਰਿਹਾ। ਪਾਣੀ ਦਾ ਸਾਫ਼ ਹੋਣਾ ਤਾਂ ਜ਼ਰੂਰੀ ਹੀ ਜ਼ਰੂਰੀ ਹੈ ਕਿ ਫਿਲਟਰ ਹੋਇਆ ਹੋਵੇ ਜੇ ਉਹਦੇ ਵਿੱਚ ਬਹੁਤ ਗੰਦਮੰਦ ਹੈ, ਪਰ ਉਹਦੇ ਐਨਰਜੀ ਸਿਸਟਮ ਦਾ ਵੀ ਦੁਬਾਰਾ ਸਹੀ ਹੋਣਾ ਜ਼ਰੂਰੀ ਹੈ। ਤਾਂ ਹੀ ਜਿਹੜੇ ਉਹ ਦੋ ਪਿੰਡ ਨੇ ਉੱਥੇ ਦੇ ਲੋਕ ਇੰਨੇ ਹੈਲਦੀ ਸੀ ਕਿਉਂਕਿ ਉਹਨਾਂ ਦਾ ਪਾਣੀ ਨਾ ਹੀ ਤਾਂ ਟੂਟੀਆਂ 'ਚੋਂ ਆ ਰਿਹਾ, ਨਾ ਹੀ ਕਿਸੇ ਸ਼ਹਿਰ 'ਚੋਂ ਦੂਰੋਂ ਆ ਰਿਹਾ, ਉਹਨਾਂ ਦਾ ਪਾਣੀ ਸਿੱਧਾ ਕੁਦਰਤ 'ਚੋਂ ਆ ਰਿਹਾ। ਉਹ ਸਾਫ਼ ਤਾਂ ਹੈ ਹੀ ਹੈ, ਪਰ ਉਹ ਪੀਣ ਦੇ ਵੀ ਜਮ੍ਹਾਂ ਤਿਆਰ ਹੈ, ਪੀਣ ਲਾਇਕ ਇੰਨਾ ਹੈਲਦੀ ਪਾਣੀ ਹੈ ਕਿਉਂਕਿ ਅਸੀਂ 72% ਪਾਣੀ ਦੇ ਬਣੇ ਹਾਂ, ਤਾਂ ਕਰਕੇ ਉਹਨਾਂ ਨਾ ਹੀ ਕੋਈ ਬਿਮਾਰੀ ਲੱਗਦੀ ਹੈ, ਨਾ ਹੀ ਉਹਨਾਂ ਨੂੰ ਛੇਤੀ ਬੁਢਾਪਾ ਆਉਂਦਾ। ਆਹ ਇਨਫੋਰਮੇਸ਼ਨ ਹੈ ਜੀ, ਤੁਹਾਨੂੰ ਦੇਤੀ ਹੈ, ਵਰਤਣੀ ਨਹੀਂ ਵਰਤਣੀ ਉਹ ਤੁਹਾਡੀ ਮਰਜ਼ੀ ਹੈ। ਸਵੇਰੇ ਜਿਹੜਾ ਪਾਣੀ ਪੀਤਾ ਜਾਂਦਾ ਹੈ ਆਪਾਂ ਕਿਉਂਕਿ ਪਿਆਸੇ ਹੁੰਦੇ ਉੱਠ ਕੇ, ਉਹ ਪਿੱਤਲ ਦੇ ਭਾਂਡੇ 'ਚੋਂ ਹੀ ਪੀਣਾ ਚਾਹੀਦਾ। ਜੇ ਪਿੰਡਾਂ 'ਚ ਰਹਿੰਦੇ ਹੋ ਘੜੇ 'ਚ ਪਾ ਕੇ ਰੱਖ ਲਓ, ਹੋਰ ਵੀ ਵਧੀਆ। ਅਤੇ ਰੋਟੀ ਬਣਾਉਣ ਲੱਗੇ ਦਿਲ ਦੇ ਵਿੱਚ ਸਾਫ਼ ਭਾਵਨਾਵਾਂ, ਜਿਵੇਂ ਕਿ ਲੰਗਰ ਬਣਾ ਰਹੇ ਹੋਵੋ ਗੁਰਦੁਆਰੇ ਵਿੱਚ, ਕਿਉਂਕਿ ਰੋਟੀ ਨੇ ਪਾਣੀ ਨੇ ਹੀ ਤੁਹਾਨੂੰ ਜੀਵਨ ਦੇਣਾ ਹੈ। ਲੰਗਰ ਦੀ ਵੀ ਸਵਾਦ ਹੋਣ ਦੀ ਇਹੀ ਵਜ੍ਹਾ ਹੁੰਦੀ ਹੈ। ਗੁਰਦੁਆਰੇ ਵਿੱਚ ਵੀ ਤਾਂ ਹੀ ਕਿਹਾ ਜਾਂਦਾ ਸੀ ਜਿਹੜਾ ਉੱਥੇ ਨਹਾ ਲੈਂਦਾ ਦੁੱਖ ਟੁੱਟ ਜਾਂਦੇ ਨੇ ਉਹਦੇ। ਬਹੁਤ ਚੀਜ਼ਾਂ ਦਾ ਇਲਾਜ, ਬਹੁਤ ਪ੍ਰੋਬਲਮਸ ਦਾ ਇਲਾਜ ਤੁਹਾਡਾ ਹੋ ਸਕਦਾ, ਢਿੱਡ ਦੀਆਂ ਪਰੇਸ਼ਾਨੀਆਂ ਦਾ ਕਿੰਨਾ ਇਲਾਜ ਹੋ ਸਕਦਾ, ਮੂਡ ਵਧੀਆ ਰਹਿਣਾ ਸ਼ੁਰੂ ਹੋ ਜਾਏਗਾ, ਸਿਹਤ ਸਹੀ ਰਹਿਣੀ ਸ਼ੁਰੂ ਹੋ ਜਾਏਗੀ, ਜੇ ਸਿਰਫ ਅਸੀਂ ਪਾਣੀ ਨੂੰ ਉੱਦਾਂ ਵਰਤੀਏ ਕਿ ਹਾਂ ਇਹ ਜਿਉਂਦੀ ਜਾਗਦੀ ਚੀਜ਼ ਆ, ਸਾਨੂੰ ਇਹਨੇ ਜੀਵਨ ਦੇਣਾ। ਆਪਾਂ ਤਾਂ ਵੇਸਟ 'ਤੇ ਕਿੰਨਾ ਕਰ ਦਿੰਦੇ ਹਾਂ, ਕੋਈ ਨਹਾਉਣ ਲੱਗਿਆ ਹੀ ਡੋਲ ਦਿੰਦਾ, ਆਪਾਂ ਤਾਂ ਸੋਚਦੇ ਤੱਕ ਨਹੀਂ ਕਿ ਹਾਂਜੀ ਕਿੰਨਾ ਪਾਣੀ ਡੋਲ ਰਹੇ ਹਾਂ। ਜਦਕਿ ਤੁਹਾਡੇ ਹੁਣ ਇੱਥੇ ਬਹਿ ਕੇ ਆ ਵੀਡੀਓ ਦੇਖਣ ਦੀ ਇੱਕੋ ਇੱਕ ਵਜ੍ਹਾ ਹੈ ਕਿ ਇੱਥੇ ਪਾਣੀ ਹੈ ਧਰਤੀ 'ਤੇ, ਪਾਣੀ ਤੋਂ ਬਿਨਾਂ ਇਹ ਧਰਤੀ 'ਤੇ ਜੀਵਨ ਨਹੀਂ ਸੀ ਹੋਣਾ। ਅਗਲੀ ਵੇਰੇ ਪਾਣੀ ਡੋਲਣ ਲੱਗੇ, ਵੇਸਟ ਕਰਨ ਲੱਗੇ, ਸ਼ਾਇਦ ਸੋਚ ਲਵੋ ਤੁਸੀਂ ਕਿ ਤੋਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ। ਦਿਲ ਦੇ ਵਿੱਚ ਮਾੜੀਆਂ ਭਾਵਨਾਵਾਂ, ਨਫ਼ਰਤ ਆਉਂਦੀ ਹੈ, ਘਰ ਬੈਠੇ ਦੇ ਵਿੱਚ ਆਸ ਪਾਸ ਪਾਣੀ ਹੈ, ਸੋਚ ਲਿਓ ਕਿ ਉਹ ਸੁੱਖ ਰਿਹਾ ਅਤੇ ਉਹਨੇ ਮੇਰਾ ਹੀ ਨੁਕਸਾਨ ਕਰਨਾ, ਮੇਰੀ ਫੈਮਿਲੀ ਦਾ, ਮੇਰੇ ਬੱਚਿਆਂ ਦਾ ਹੀ ਨੁਕਸਾਨ ਕਰਨਾ। ਚੰਗਾ ਜੀ, ਉਮੀਦ ਕਰਦਾ ਤੁਹਾਡੀ ਇਹ ਮਦਦ ਕਰੇਗਾ।